ਤੇ ਹੁਸ਼ਿਆਰਪੁਰ ਦੇ ਟਾਂਡਾ ਵਿੱਚ ਤੈਨਾਤ ਇੱਕ ਪੁਲਿਸ ਮੁਲਾਜ਼ਮ ਵੱਲੋਂ ਲਾਈਵ ਹੋ ਕੇ ਜ਼ਹਿਰੀਲੀ ਚੀਜ਼ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਤੇ ਉਸਨੇ ਆਪਣੇ ਸਹੁਰਾ ਪਰਿਵਾਰ ਤੇ ਆਪਣੀ ਪਤਨੀ ਨੂੰ ਆਪਣੀ ਮੌਤ ਲਈ ਦੋਸ਼ੀ ਠਹਿਰਾਇਆ। ਪੁਲਿਸ ਮੁਲਾਜ਼ਮ ਦੀ ਪਹਿਚਾਣ ਪਰਸ਼ੋਤਮ ਲਾਲ ਦੇ ਤੌਰ ਤੇ ਹੋਈ ਹੈ ਤੇ ਉਸਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੈਂ 7 ਸਾਲ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ ਤੇ ਮੈਰਿਜ ਤੋਂ ਬਾਅਦ ਹੀ ਜਿਹੜੀ ਮੇਰੀ ਘਰਵਾਲੀ ਆ ਮੇਰੀ ਸੱਸ ਦੇ ਆਖੇ ਵਿੱਚ ਲੱਗ ਕੇ ਮੈਨੂੰ ਤੰਗ ਪਰੇਸ਼ਾਨ ਕਰਦੀ ਰਹੀ ਆ ਹਮੇਸ਼ਾ। 3-4 ਵਾਰ ਮੈਂ ਉਹਨਾਂ ਦੀ ਪਿੰਡ ਦੇ ਸਰਪੰਚ ਨੂੰ ਲਿਖ ਕੇ ਦਰਖਾਸਤ ਵੀ ਦਿੱਤੀ ਪਰ ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਬੰਦੇ ਸੀਗੇ ਯਾਨੀ ਕਿ ਫਿਰ ਇੱਦਾਂ ਹੀ ਭੇਜ ਦੇਣੀ ਉਹਨੀ ਕਹਿਣਾ ਅੱਗੇ ਤੋਂ ਗਲਤੀ ਨਹੀਂ ਹੁੰਦੀ ਅੱਗੇ ਤੋਂ ਨਹੀਂ ਹੁੰਦੀ ਅਤੇ ਇੱਦਾਂ ਹੀ ਹਮੇਸ਼ਾ ਯਾਨੀ ਕਿ ਮੌਕਾ ਲੈ ਕੇ ਫਿਰ ਬਾਅਦ 'ਚ ਕੰਮ ਉਹ ਹੀ ਉਹਦੇ ਰਹੇ ਅਤੇ ਇਹਦੇ ਵਿੱਚ ਮੇਰਾ ਜਿਹੜਾ ਮਾਮਾ ਸਹੁਰਾ ਵੱਡਾ ਮਾਮਾ ਫੌਜੀ ਰਿਟਾਇਰ ਉਹਦਾ ਵੀ ਬਹੁਤ ਵੱਡਾ ਹੱਥ ਆ ਉਹ ਵੀ ਮੇਰੀ ਸੱਸ ਨੂੰ ਅਤੇ ਮੇਰੀ ਪਤਨੀ ਨੂੰ ਬਹੁਤ ਸ਼ਹਿ ਦਿੰਦਾ ਆ ਅਤੇ ਪੁੱਠੀਆਂ ਸਿੱਧੀਆਂ ਗੱਲਾਂ ਸਿਖਾਉਂਦਾ ਇੱਦਾਂ ਕਰੋ ਤੁਸੀਂ ਉੱਦਾਂ ਕਰੋ ਮੈਨੂੰ ਬਹੁਤ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਇਹਨਾਂ ਨੇ ਅਤੇ ਅੱਜ 7 ਸਾਲ ਹੋ ਗਏ ਮੇਰੇ ਵਿਆਹ ਨੂੰ ਅਤੇ 7 ਸਾਲ ਮੈਂ ਇੱਦਾਂ ਪਰੇਸ਼ਾਨ ਰੱਖਿਆ ਨਾ ਇਹਨਾਂ ਨੇ ਮੈਨੂੰ ਅਤੇ ਹੁਣ ਮੇਰੇ ਤੋਂ ਜਿਹੜੀ ਇਹ ਮਾਨਸਿਕ ਪਰੇਸ਼ਾਨੀ ਨਹੀਂ ਚੱਲੀ ਜਾ ਰਹੀ ਅਤੇ ਅੱਜ ਮੈਂ ਜ਼ਿੰਦਗੀ ਨੂੰ ਆਪਣੀ ਨੂੰ ਖਤਮ ਕਰਨ ਦਾ ਜਿਹੜਾ ਫੈਸਲਾ ਲੈ ਲਿਆ ਪਰ ਮੈਂ ਆਪਣੇ ਪਰਿਵਾਰ ਨੂੰ ਮਿਲ ਨਹੀਂ ਸਕਿਆ ਮੈਨੂੰ ਇਸ ਗੱਲ ਦਾ ਵੀ ਬਹੁਤ ਦੁੱਖ ਰਹੂੰਗਾ ਅਤੇ ਮੈਂ ਆਪਣੇ ਮਿੱਤਰਾਂ ਨੂੰ ਵੀ ਮਿਲਣਾ ਚਾਹੁੰਦਾ ਸੀਗਾ ਜਿੰਨਿਆਂ ਨੂੰ ਮੈਂ ਫੋਨ ਕਰ ਸਕਦਾ ਸੀਗਾ ਟਾਈਮ ਮੇਰੇ ਕੋਲ ਬਹੁਤ ਥੋੜ੍ਹਾ ਸੀਗਾ ਅਤੇ ਮੈਂ ਕੋਸ਼ਿਸ਼ ਕੀਤੀ ਹਰ ਇੱਕ ਨੂੰ ਫੋਨ ਕਰਨ ਦੀ ਪਰ ਹਰ ਇੱਕ ਦਾ ਕੋਈ ਨਾ ਕੋਈ ਬਿਜ਼ੀ ਸ਼ਡਿਊਲ ਹੋਣ ਕਰਕੇ ਮੈਂ ਕਿਸੇ ਨੂੰ ਮਿਲ ਨਹੀਂ ਸਕਿਆ ਜਿਹੜਾ ਹੋ ਸਕਦਾ ਜਿਹੜੀ ਮੇਰੀ ਘਰਵਾਲੀ ਆ ਉਹਦਾ ਭਰਾ SMO ਪ੍ਰਮੋਟ ਹੋਇਆ ਹੁਣੇ ਹੁਸ਼ਿਆਰਪੁਰ 'ਚ ਡਿਊਟੀ ਆ ਉਹਦੀ ਕੋਈ ਪੁੱਠਾ ਸਿੱਧਾ ਕੋਈ ਮੇਰੇ 'ਤੇ ਆਲਸਨ ਲਾਵੇ ਇਹ ਵੀ ਹੋ ਸਕਦਾ ਠੀਕ ਆ ਕਿਉਂਕਿ ਡਾਕਟਰ ਆ ਅਤੇ ਤੁਹਾਨੂੰ ਪਤਾ ਮੇਰੇ ਭਰਾ ਸਾਰੇ ਮਹਿਕਮੇ ਵਿੱਚ ਆ ਦੋਸਤੋ ਤੁਸੀਂ ਇਸ ਚੀਜ਼ ਦੇ ਗਵਾਹ ਹੋ ਅਤੇ ਮੈਂ ਚਾਹੁੰਦਾ ਜਿਹੜੀਆਂ ਇੱਦਾਂ ਦੀਆਂ ਸੱਸਾਂ ਆ ਇਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਤੁਸੀਂ ਜ਼ਰੂਰ ਸਾਹਮਣੇ ਆਉਣਾ ਤੁਹਾਨੂੰ ਸਾਹਮਣੇ ਆਉਣਾ ਪੈਣਾ ਮੇਰੇ ਭਰਾ ਦਾ ਸਹਿਯੋਗ ਦੇਣਾ ਪੈਣਾ ਤੁਹਾਨੂੰ ਮੇਰੇ ਬੱਚੇ ਬਹੁਤ ਇੰਟੈਲੀਜੈਂਟ ਆ ਬਹੁਤ ਮੈਂ ਉਹਨਾਂ ਨੂੰ ਡਾਕਟਰ ਬਣਾਉਣਾ ਚਾਹੁੰਦਾ ਪਰ ਮੇਰੀ ਜਿਹੜੀ ਇਹ ਘਰਵਾਲੀ ਨੇ ਮੈਨੂੰ ਇਹ ਜਿਹੜਾ ਬਿਲਕੁਲ ਮਾਰ ਦਿੱਤਾ ਅਤੇ ਇਸ ਕਰਕੇ ਉਹਨੂੰ ਸਜ਼ਾ ਜ਼ਰੂਰ ਦਿਵਾਉਣੀ ਆ ਮੇਰੀ ਘਰਵਾਲੀ ਨੇ ਮੇਰੀ ਸੱਸ ਨੇ ਜਿਹਦੀ ਵਜ੍ਹਾ ਨਾਲ ਮੈਂ ਇਹ ਅੱਜ ਕਦਮ ਚੁੱਕ ਰਿਹਾ ਮੇਰਾ ਮਾਮਾ ਸਹੁਰਾ ਅਤੇ ਇੱਕ ਜਿਹੜੀ ਮੇਰੀ ਮਾਸੀ ਸੱਸ ਉਹ ਵੀ ਆਈ ਸੀ ਪੁਰਸ਼ੋਤਮ ਲਾਲ ਸਾਨਾ ਫੁੱਲੂ ਲਾਲ ਪਿੰਡ ਜੌੜੇ ਤੋਂ ਸੀਗਾ ਜਿਹੜਾ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਸੀਗਾ ਅਤੇ ਪੋਇਜ਼ਨ ਲਈ ਹੋਈ ਸੀਗੀ ਉਸਨੇ ਜਿਸ ਨੂੰ ਕਿ ਅਸੀਂ ਫਸਟ ਏਡ ਦਿੱਤੀ ਔਰ ਥੋੜ੍ਹੀ ਜਿਹੀ ਹਾਲਤ ਉਹਦੀ ਗੰਭੀਰ ਸੀਗੀ ਇਸ ਕਰਕੇ ਸਾਨੂੰ ਉਹਨੂੰ ਫਸਟ ਏਡ ਦੇਖ ਕੇ ਜਿੰਨਾ ਵੀ ਸਾਰਾ ਫਸਟ ਏਡ 'ਚ ਸੀਗਾ ਉਹ ਕਰਕੇ ਵੈਸਟੀਕਲ ਵਾਇਜ ਕਰਕੇ ਉਹਨੂੰ ਅਸੀਂ ਫਰਦਰ ਮੈਨੇਜਮੈਂਟ ਲਈ ਸਿਵਲ ਹੋਸਪਿਟਲ ਹੁਸ਼ਿਆਰਪੁਰ ਭੇਜਿਆ ਔਰ ਅੱਗੇ ਜਿਹੜਾ ਟ੍ਰੀਟਮੈਂਟ ਆ ਉਹ ਫਿਰ ਉੱਥੇ ਅਣਥਰੂ ਮੈਡੀਕਲ ਸਪੈਸ਼ਲਿਸਟ ਹੋ ਗਏ ਬਟ ਉਹਦੀ ਹਾਲਤ ਥੋੜ੍ਹੀ ਜਿਹੀ ਗੰਭੀਰ ਲੱਗ ਰਹੀ ਸੀ ਜਿਸ ਕਰਕੇ ਉਹਨੂੰ ਉਧਰ ਲੁਧਿਆਣਾ ਜੋਦੇਵਾਲ ਬਸਤੀ ਨਜ਼ਦੀਕ ਸ਼ਕਤੀ ਨਗਰ ਵਿੱਚ ਨੈਸ਼ਨਲ ਹਾਈਵੇ ਉੱਤੇ ਟਰੱਕ ਦੀ ਚਪੇਟ ਵਿੱਚ ਆਉਣ ਕਾਰਨ ਐਕਟਿਵਾ ਸਵਾਰ 30 ਸਾਲਾ ਕੁੜੀ ਦੀ ਮੌਕੇ ਉੱਤੇ ਮੌਤ ਹੋ ਗਈ ਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਸੁਭਾਸ਼ ਨਗਰ ਦੀ ਰਹਿਣ ਵਾਲੀ ਹੈ ਤੇ 4 ਸਾਲ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਘਟਨਾ ਸਥਾਨ ਦੇ ਨੇੜੇ ਲੱਗੇ CCTV ਕੈਮਰਿਆਂ ਦੀ
ਖੰਗਾਲ ਕਰਨ ਵਿੱਚ ਲੱਗੀ ਹੋਈ ਹੈ। ਦੇਖੋ ਜੀ, ਇਹ ਘਰੋਂ ਆ ਰਹੇ ਸੀਗੇ, ਦੋ ਸਹੇਲੀਆਂ ਸੀਗੀਆਂ, ਇੱਥੇ ਐਕਸੀਡੈਂਟ ਹੋ ਗਿਆ ਵਾ। ਕਿਸੇ ਨੇ ਉਹਦੇ ਹਸਬੈਂਡ ਨੂੰ ਫੋਨ ਕੀਤਾ, ਉਹ ਮੇਰਾ ਸਾਲਾ, ਉਹਨੇ ਮੈਨੂੰ ਫੋਨ ਕਰਤਾ ਸੀ, ਆ ਕੇ ਦੇਖਿਆ ਮਰੀ ਪਈ ਸੀ, ਉੱਥੋਂ ਟਰੱਕ ਲੰਘ ਗਿਆ ਪੇਟ ਤੋਂ। ਟਰੱਕ ਨੂੰ ਫੜ ਲਿਆ ਡਰਾਈਵਰ? ਸਾਨੂੰ ਪਤਾ ਹੀ ਨਹੀਂ ਕਿ ਫੜਿਆ ਕਿ ਨਹੀਂ ਫੜਿਆ। ਕਿਤੇ ਜ਼ਿਆਦਾ ਕਿੰਨੀ ਕੁ ਉਮਰ ਸੀ? ਉਮਰ 30+। ਇੱਕ ਬੱਚੇ ਵੀ ਆ ਗਏ? ਇੱਕ ਬੱਚਾ। ਇਹ ਹੁਣ ਹੋਸਪਿਟਲ ਲੈ ਕੇ ਗਏ? ਕਿੱਥੇ ਲੈ ਕੇ ਗਏ? ਹੋਸਪਿਟਲ ਲੈ ਕੇ ਗਏ। ਉਹਨੇ ਡੈਥ ਕਰਨਗੇ? ਡੈਥ ਹੋ ਗਈ, ਡੈਥ ਹੋ ਚੁੱਕੀ। ਅਤੇ ਮੌਕੇ 'ਤੇ ਪੁਲਿਸ ਨੇ ਅਰੈਸਟ ਕੀਤਾ ਹੋਵੇ ਡਰਾਈਵਰ ਵਗੈਰਾ? ਕੋਈ ਨਹੀਂ ਕੀਤਾ ਹਾਲੇ ਤੱਕ, ਕਹਿੰਦੇ ਗੱਡੀ ਫੜੀ ਹੋਈ ਹੈ, ਸਾਨੂੰ ਵੀ ਪਤਾ ਫੜੀ ਹੈ ਕਿ ਨਹੀਂ ਫੜੀ ਹੈ। ਸਰ ਐਕਟਿਵਾ ਸਵਾਰ ਇਕੱਲੀ ਸੀਗੀ? ਦੇਖਦੇ, ਕਿੱਥੇ ਦੇ ਰਹਿਣ ਵਾਲੇ ਸਰ? ਸੁਹਾਜ ਨਗਰ ਗਈ ਹੋਈ ਹੈ, ਮੇਰੇ ਦਾ ਨਹੀਂ ਪਤਾ, ਮੈਂ ਜੋ ਵੀ ਪਤਾ ਮੈਂ ਕਹਿ। ਇਹ ਡਰਾਈਵਰ ਮੌਕੇ 'ਤੇ ਫਰਾਰ ਹੈ, ਗੱਡੀ ਫਰਾਰ? ਗੱਡੀ ਵਾਲਾ ਕੇਸ ਹੋਇਆ, ਦੇਖ ਰਹੇ ਹਾਂ, ਇੱਕ ਵਾਰੀ ਦੇਖਦਾ ਪਿਆ ਵੀ ਉਹਦਾ ਨੰਬਰ ਨਹੀਂ ਪਤਾ।